ਬਠਿੰਡਾ ਦੇ ਨਾਲ ਲੱਗਦੀ 4.5 ਏਕੜ ਦੀ ਜ਼ਮੀਨ ਲਗਾਤਾਰ ਵਿਵਾਦਾਂ ਵਿੱਚ ਹੈ। ਪ੍ਰਸ਼ਾਸਨ ਚਾਹੁੰਦਾ ਹੈ ਇੱਥੇ ਅਫੋਰਡੇਬਲ ਹਾਊਸਿੰਗ ਅਪਾਰਟਮੈਂਟਸ ਬਣਾਉਣਾ, ਜਦੋਂ ਕਿ ਲੋਕ ਚਾਹੁੰਦੇ ਨੇ ਕਿ ਇਹ ਜਗ੍ਹਾ ਰੀਕ੍ਰੀਏਸ਼ਨਲ ਐਕਟੀਵਿਟੀਜ਼ ਦੇ ਲਈ ਹੈ। ਸੋ ਇੱਥੇ ਬੱਚਿਆਂ ਅਤੇ ਸਾਰਿਆਂ ਲਈ ਇੱਕ ਪਾਰਕ ਹੀ ਬਣੇ। ਇਸ 4 ਏਕੜ ਜ਼ਮੀਨ ਨੂੰ ਬਚਾਉਣ ਲਈ ਸੇਵ ਦ ਜੈਨੇਸਿਸ ਪਾਰਕ ਗਰੁੱਪ ਵੱਲੋਂ ਇੱਕ ਸੰਘਰਸ਼ ਵੀ ਵਿੱਢਿਆ ਗਿਆ ਹੈ, ਪਰ ਪ੍ਰਸ਼ਾਸਨ ਇੱਥੇ ਅਪਾਰਟਮੈਂਟ ਬਣਾਉਣ ਵਾਲੀ ਕੰਸਟਰਕਸ਼ਨ ਕੰਪਨੀ ਦਾ ਪੱਖ ਭੁੱਲਦਾ ਨਜ਼ਰ ਆ ਰਿਹਾ ਹੈ। ਕੀ ਇਹ ਪੂਰਾ ਮਾਮਲਾ, ਆਓ ਇੱਕ ਨਜ਼ਰ ਮਾਰ ਲੈਂਦੇ ਹਾਂ। ਕਾਫੀ ਮਹੀਨਿਆਂ ਤੋਂ ਕੈਲਗਰੀ ਦੇ ਨਾਰਥ ਈਸਟ ਏਰੀਆ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਜੈਨੇਸਿਸ ਸੈਂਟਰ ਦੇ ਨਾਲ ਲੱਗਦੀ 4.5 ਏਕੜ ਜ਼ਮੀਨ ਦੀ ਹੋਣ ਜਾ ਰਹੀ ਦੁਰਵਰਤੋਂ ਨੂੰ ਰੋਕਣ ਲਈ ਸੇਵ ਦ ਜੈਨੇਸਿਸ ਪਾਰਕ ਗਰੁੱਪ ਨਾਂ ਦੀ ਲੋਕਾਂ ਵੱਲੋਂ ਬਣਾਈ ਕਮੇਟੀ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ। ਪਹਿਲਾਂ 8 ਮਈ ਨੂੰ ਵੀ ਸਿਟੀ ਹਾਲ ਲੱਗੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਮੌਕੇ ਘਬਰਾਈ ਹੋਈ ਕੌਂਸਲ ਨੇ ਜ਼ਮੀਨ ਬਾਬਤ ਫੈਸਲੇ ਦੀ ਤਾਰੀਖ 12 ਜੂਨ 2017 ਤੱਕ ਅੱਗੇ ਪਾ ਦਿੱਤੀ ਸੀ। ਪਰ ਬੀਤੇ ਦਿਨ ਫਿਰ 12 ਜੂਨ ਨੂੰ ਵੀ ਲੋਕ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਲਈ ਇੱਥੇ ਮੌਜੂਦ ਸਨ। ਇਸ ਵਾਰਡ ਦੇ ਰਹਿਣ ਵਾਲੇ ਲੋਕ ਤਾਂ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ, ਪਰ ਇਸ ਵਾਰਡ ਦੇ ਇਨ੍ਹਾਂ ਹੀ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਹੱਕ ਵਿੱਚ ਭੁਗਤਾਨ ਲਈ ਖਰੇ ਨਹੀਂ ਉਤਰਦੇ ਨਜ਼ਰ ਆ ਰਹੇ। ਸਾਡਾ ਸਭ ਤੋਂ ਪਹਿਲਾ ਕਾਰਨ ਇਹ ਆ ਵੀ ਜੇ ਇਹ ਚੀਜ਼ ਅਟੇਨੇਬਲ ਹੋਣ ਵਾਸਤੇ ਆ ਤਾਂ ਸਾਨੂੰ ਪ੍ਰੂਵ ਕਰੋ ਕਿਉਂ। ਦੂਜੀ ਚੀਜ਼, ਇਹ ਜਗ੍ਹਾ ਦੇ ਉੱਤੇ ਹੋਰ ਬਹੁਤ ਕੁਛ ਬਣ ਸਕਦਾ, ਅਸੀਂ ਨਹੀਂ ਇਹਨਾਂ ਨੂੰ ਦੱਸਣਾ ਚਾਹੁੰਦੇ। ਅਸੀਂ ਇਹੀ ਕਹਿੰਦੇ ਹਾਂ ਵੀ ਪਬਲਿਕ ਦੀ ਇੰਗੇਜਮੈਂਟ ਕਰੋ, ਓਪਨ ਹਾਊਸ ਕਰੋ। ਜੇ ਅਸੀਂ ਇਨਵਾਈਟ ਕਰੇ, ਸਾਡੇ ਇਨਵਾਈਟ ਕਰਿਆ ਤਾਂ ਅੱਜ 300-400 ਬੰਦਾ ਇਕੱਠਾ ਹੋ ਸਕਦਾ, ਤੁਹਾਡੇ ਓਪਨ ਹਾਊਸ ਕਰਿਆ ਤਾਂ ਕਿਉਂ ਨਹੀਂ ਬੰਦੇ ਆਉਂਦੇ। ਇਟ ਮੀਨਸ ਕਿਤੇ ਨਾ ਕਿਤੇ ਤਾਂ ਗ੍ਰੇ ਏਰੀਆ ਹੈ। ਸੋ ਉਸ ਗ੍ਰੇ ਏਰੀਏ ਨੂੰ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ। ਅਸੀਂ ਉਹ ਏਰੀਏ ਨੂੰ ਨੰਗਾ ਕਰਨਾ ਚਾਹੁੰਦੇ ਹਾਂ ਕਿ ਉਹ ਜਿਹੜੀਆਂ ਬੰਦ ਕਮਰੇ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਨੂੰ ਬੰਦ ਕਰੋ। ਅਸੀਂ ਸਿਟੀ ਹਾਲ ਦੇ ਵਿੱਚ ਖੜ੍ਹ ਕੇ ਇਹੀ ਕਹਿੰਦੇ ਹਾਂ ਵੀ ਇਹਦਾ ਬੈਟਰ ਸਲਿਊਸ਼ਨ ਲੱਭੋ, ਰਲ ਕੇ ਕਰੋ, ਸਿਟੀ ਪ੍ਰੋਪਰ ਅੰਗੇਜਮੈਂਟ ਕਰੇ, ਓਪਨ ਹਾਊਸ ਕਰੇ, ਤੇ ਅਸੀਂ ਆਪਣੇ ਉਹਨਾਂ ਦੇ ਅੱਗੇ ਕੰਸਰਨ ਰੱਖੀਏ, ਉਹ ਡਿਬੇਟ ਹੋਵੇ। ਸੇਵ ਦ ਜੈਨੇਸਿਸ ਪਾਰਕ ਗਰੁੱਪ ਦੇ ਬੁਲਾਰੇ ਪ੍ਰੀਤ ਬੈਦਵਾਨ ਨੇ ਕਿਹਾ ਕਿ ਹਲੇ ਤਾਂ ਇਸ ਫੈਸਲੇ ਦੇ ਵਿਰੁੱਧ ਲੜਾਈ ਸ਼ੁਰੂ ਹੁਣੇ ਹੀ ਹੋਈ ਹੈ। ਭਾਵੇਂ ਸਿਟੀ ਆਫ ਕੈਲਗਰੀ ਨੇ ਫੈਸਲਾ ਲੈਣ ਲੱਗਿਆਂ ਆਏ ਹੋਏ ਲੋਕਾਂ ਦੀ ਆਵਾਜ਼ ਨੂੰ ਅਣਸੁਣਿਆ ਕਰਦੇ ਹੋਏ ਬਿਲਡਰਾਂ ਦੇ ਹੱਕ ਵਿੱਚ ਖੜੋਣ ਦਾ ਫੈਸਲਾ ਲੈ ਲਿਆ ਹੈ। ਇਸ ਦਾ ਜਵਾਬ ਅਕਤੂਬਰ ਮਹੀਨੇ ਹੋਣ ਵਾਲੀ ਸਿਟੀ ਇਲੈਕਸ਼ਨ ਦੌਰਾਨ ਲੋਕਾਂ ਵੱਲੋਂ ਦਿੱਤਾ ਜਾਵੇਗਾ। ਬਹੁਤ ਨਿਰਾਸ਼ਾ ਹੋਈ ਆ ਜਿਹੜੇ ਸਾਡੇ ਇਲੈਕਟਡ ਜਿਹੜੇ ਹੈਗੇ ਆ ਇਲੈਕਟਡ ਬੋਡੀਜ਼ ਨੇ ਅੰਦਰ ਬੈਠੀਆਂ ਸੀਗੀਆਂ, ਜਿਨ੍ਹਾਂ ਨੂੰ ਇਹ ਵਿਚਾਰਨਾ ਚਾਹੀਦਾ ਸੀਗਾ ਕਿ ਇੱਕ ਕੌਂਸਲਰ ਨੂੰ ਆਮ ਇਲੈਕਸ਼ਨ ਦੇ ਵਿੱਚ 7000 ਵੋਟਾਂ ਨਹੀਂ ਪੈਂਦੀਆਂ, ਅਤੇ ਸਾਡੇ ਜਿਹੜੇ ਹੈਗੇ ਨੇ ਕੰਸਰਨਡ ਬੰਦੇ ਨੇ ਉਹਨਾਂ ਨੇ 7000 ਪਟੀਸ਼ਨ ਸਾਈਨ ਕੀਤੀ ਆ, ਤਾਂ ਇਹਦੇ ਇਹਨਾਂ ਨੇ ਦੇਖੋ ਉਹ 7000 ਮਤਲਬ ਸਿਗਨੇਚਰ ਦੀ ਕਦਰ ਨਹੀਂ ਕੀਤੀ, ਅਤੇ ਕੱਲ੍ਹ ਨੂੰ ਇਹ ਸਾਡੇ ਕੋਲ ਦੁਬਾਰਾ ਆਉਣਗੇ ਅਤੇ ਅਸੀਂ ਇਹਨਾਂ ਨੂੰ ਪੁੱਛਾਂਗੇ ਇਹ ਗੱਲਾਂ ਜਦੋਂ ਇਹਨਾਂ ਨੂੰ ਸਾਡੀ ਜ਼ਰੂਰਤ ਹੋਈ। ਅੱਜ ਕਮਿਊਨਿਟੀ ਨੂੰ ਇਹਨਾਂ ਦੀ ਜ਼ਰੂਰਤ ਸੀ ਤਾਂ ਇਹਨਾਂ ਨੇ ਸਾਨੂੰ ਨਹੀਂ ਪੁੱਛਿਆ। ਸੋ ਇਸ ਕਰਕੇ ਆ ਮੈਂ ਵਾਰ ਵਾਰ ਆਪਣੇ ਲਿਸਨਰਸ ਨੂੰ, ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ ਵਾ, ਉਹਨਾਂ ਨੂੰ ਕਹਿਣਾ ਨਿਰਾਸ਼ ਨਹੀਂ ਹੋਣਾ। ਇਸ ਤੋਂ ਅਗਲੇ ਸਟੈਪ ਵੀ ਹੈ, ਇਸ ਤੋਂ ਅਗਲਾ ਡਿਵੈਲਪਮੈਂਟ ਪਰਮਿਟ ਦਾ, ਬਿਲਡਿੰਗ ਪਰਮਿਟ ਦਾ, ਅਤੇ ਇਸ ਤੋਂ ਅੱਗੇ STSC, ਅਤੇ ਇਸ ਤੋਂ ਅੱਗੇ ਆਪਣਾ ਕੋਰਟ ਆਫ ਕਨਵੀਨੈਂਸ ਤੱਕ ਵੀ ਅਸੀਂ ਦਰਵਾਜ਼ੇ ਖੜਕਾਵਾਂਗੇ। ਸੋ ਸਾਡੀ ਲੜਾਈ ਖਤਮ ਨਹੀਂ ਹੋਈ, ਇਹ ਲੜਾਈ ਸ਼ੁਰੂ ਹੋਈ ਆ। ਇਸ ਮੌਕੇ ਵਾਈਲਡ ਰੋਜ਼ ਪਾਰਟੀ ਦੇ ਮੈਂਬਰ ਅਤੇ ਸਮਾਜ ਸੇਵਕ ਦਵਿੰਦਰ ਤੂੜ ਨੇ ਵੀ ਆਪਣਾ ਪੱਖ ਸਾਹਮਣੇ ਰੱਖਿਆ। ਸਿਟੀ ਕੌਂਸਲ ਨਾਲ ਗੱਲ ਕਰਦੇ ਹਾਂ, ਉਹ ਕਹਿੰਦੇ ਨੇ 15 ਮੀਟਿੰਗਾਂ ਕੀਤੀਆਂ ਨੇ, ਪਰ ਅੱਜ ਪਲੈਨਿੰਗ ਦੇ ਵਿੱਚ ਜਿਹੜੀ ਇਸ਼ੂ ਆਈ ਆ ਕਿ ਸ਼ੁੱਡ ਦੇ ਚੇਂਜ ਦ ਜ਼ੋਨਿੰਗ ਸਪੈਸ਼ਲ ਪਰਪਜ਼ ਰਿਕ੍ਰੀਏਸ਼ਨ ਫੈਸਿਲਿਟੀ ਤੋਂ ਲੈ ਕੇ ਇੱਕ ਮਲਟੀ ਕੰਪਲੈਕਸ ਬਣਾਉਣੇ, ਕਮਰਸ਼ੀਅਲ ਕੰਪਲੈਕਸ ਜਿਹੜੇ ਕਿ ਅਪਾਰਟਮੈਂਟ ਦੇ ਨੇ। ਸੋ ਮੇਰਾ ਮੁੱਦਾ ਇਹ ਨਹੀਂ ਹੈਗਾ ਕਿ ਅਸੀਂ ਕਿਸੇ ਡਿਵੈਲਪਮੈਂਟ ਦੇ ਜਾਂ ਜ਼ੋਨਿੰਗ ਚੇਂਜ ਦੇ ਅਗੇਂਸਟ ਹਾਂ, ਪਰ ਸਿਟੀ ਸ਼ੁੱਡ ਪੁੱਟ ਪ੍ਰੋਪਰ ਟੈਸਟ ਜਿਹੜੀ ਕਿ ਦੂਜੀ ਕਮਿਊਨਿਟੀਆਂ ਦੇ ਪਿੱਛੋਂ ਪਾਉਂਦੇ ਨੇ, ਜਿੱਥੇ ਪਬਲਿਕ ਇੰਗੇਜਮੈਂਟ ਦੀ ਉੱਥੇ ਲੋੜ ਹੁੰਦੀ ਹੈ, ਉਸੇ ਲੋੜ ਨੂੰ ਇੱਥੇ ਵੀ ਉਨਾ ਹੀ ਮਹੱਤਵ ਦੇਣਾ ਚਾਹੀਦਾ। 12 ਜੂਨ ਨੂੰ ਹੋਈ ਮੀਟਿੰਗ ਦੌਰਾਨ ਕੌਂਸਲ ਵਿੱਚ 8 ਵੋਟਾਂ ਇੱਥੇ ਹਾਊਸਿੰਗ ਅਪਾਰਟਮੈਂਟ ਬਣਾਉਣ ਦੇ ਹੱਕ ਵਿੱਚ ਪਈਆਂ ਅਤੇ 6 ਵੋਟਾਂ ਲੋਕਾਂ ਦੀ ਆਵਾਜ਼ ਦੇ ਹੱਕ ਵਿੱਚ ਪਈਆਂ।
ਪ੍ਰਸ਼ਾਸਨ ਦਾ ਪੱਖ ਹੈ ਕਿ ਇੱਥੇ ਲੋਕਾਂ ਦੀ ਜ਼ਰੂਰਤ ਲਈ ਸਸਤੀ ਰਿਹਾਇਸ਼ ਬਣਾਉਣੀ ਜ਼ਰੂਰੀ ਹੈ। ਹੁਣ ਤਾਂ ਸਤੰਬਰ ਮਹੀਨੇ ਤੱਕ ਉਡੀਕ ਬਣੀ ਰਹੇਗੀ ਕਿ ਫੈਸਲਾ ਕੀ ਹੁੰਦਾ ਹੈ, ਜਾਂ ਫਿਰ ਅਕਤੂਬਰ ਮਹੀਨੇ ਹੋਣ ਵਾਲੀਆਂ ਵੋਟਾਂ ਉਪਰੰਤ ਸੱਤਾ ਕੌਣ ਸੰਭਾਲੇਗਾ, ਕਿਉਂਕਿ ਸੱਤਾ ਬਦਲਣ ਨਾਲ ਫੈਸਲੇ ਵੀ ਬਦਲ ਜਾਂਦੇ ਨੇ।